ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ ਕਿਤੇ ਨੀ ਸ਼ਾਨੋ ਸ਼ੌਂਕ ਤਾਂ ਜਾਂਦੀਆਂ ਮੁਹੱਬਤਾਂ ਦੇ ਤਾਲਵੇਂ ਕਿਧਰੇ ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ ਚਿਹਰਾ ਪਿੱਛੋਂ ਜਦੋਂ ਅਹਿਸਾਸ ਹੋਣਗੇ ਉਦੋਂ ਦਿਲਦਾਰ ਨੀ ਉਹ ਪਾਸ ਹੋਣਗੇ ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ ਹਾਲੇ ਵੀ ਕੁਝ ਸੋਚ ਲੈ ਮੇ ਮਿਹਰਬਾਨ ਤੇ ਮਨ ਸਮਝਾ ਲਵੇ ਕਿਧਰੇ ਹਾਲੇ ਵੀ ਕੁਝ ਸੋਚ ਲੈ ਵੇ ਮਿਹਰਬਾਨ ਜੇ ਮਨ ਸਮਝਾ ਲਵੇ ਕਿਧਰੇ ਕਿਤੇ ਨਿਸ਼ਾਨੋ ਸ਼ੌਂਕ ਤਾਂ ਜਾਂਦੀਆਂ ਕਿਤੇ ਨਿਸ਼ਾਨੋ ਸ਼ੌਂਕ ਤਾਂ ਜਾਂਦੀਆਂ ਮੁਹੱਬਤਾਂ ਦੇ ਤਾਲਵੇਂ ਕਿਧਰੇ ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਮੀ ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇ ਜਮੀ ਜਿਹਦੀ ਪੱਤੀ ਪੱਤੀ ਕੁਰਬਾਨ ਹੋ ਗਈ ਸਾਨੂੰ ਓਹੀ ਸਹਿਕਦਾ ਗੁਲਾਬ ਦੇ ਜਮੀ ਮੈਂ ਕਹੁਣੇ ਆਉਣੀਆਂ ਨੇ ਮਾਲੀਆ ਮੈਂ ਕਹੁਣੇ ਆਉਣੀਆਂ ਨੇ ਮਾਲੀਆ ਜੜਾਂ ਨੂੰ ਪਾਣੀ ਪਾਲਵੇ ਕਿਧਰੇ ਮੈਂ ਕਹੁਣੇ ਆਉਣੀਆਂ ਨੇ ਮਾਲੀਆ ਤੇ ਮੈਂ ਕਹੁਣੇ ਆਉਣੀਆਂ ਨੇ ਮਾਲੀਆ ਜਣਾਂ ਨੂੰ ਪਾਣੀ ਪਾਲਵੇ ਕਿਧਰੇ ਕਿਤੇ ਨਿਸ਼ਾਨੋ ਸ਼ੌਂਕ ਤਾਂ ਜਾਂਦੀਆਂ ਨਿਸ਼ਾਨੋ ਸ਼ੌਂਕ ਤਾਂ ਜਾਂਦੀਆਂ ਮੁਹੱਬਤਾਂ ਦੇ ਤਾਲਵੇਂ ਕਿਧਰੇ ਕਿਤੇ ਨੀ ਤੇਰਾ ਰੁਤਬਾ ਘਟਦਾ ਤੇ ਹੱਸ ਕੇ ਬੁਲਾ ਲਵੇਂ ਕਿਧਰੇ ਰੂਪ ਮਿਜ਼ਾਜ ਦਿੱਤੇ ਹੈ ਇੱਥੇ ਬਹੁਤਾ ਘੁੰਮਣ ਵੀ ਚਾਹੀਦਾ ਨਹੀਂ ਉਹ ਜਿਹਨੇ ਕਦਮਾਂ ਵਿੱਚ ਹੀ ਜਾਨ ਧਰਤੀ ਹੋਏ ਉਹਨੂੰ ਧੋਣ ਤੋਂ ਫੜੇ ਚੁਕਾਈਦਾ ਨਹੀਂ ਹੋ ਜਿਹੜਾ ਇਸ਼ਕ ਦੇ ਵਿੱਚੋਂ ਇਤਬਾਰ ਹੀ ਉੱਠ ਜੇ ਹਾਏ ਇਨਾ ਇਸ਼ਕ ਨੂੰ ਅਜਮਾਈਦਾ ਨਹੀਂ ਉਹ ਜਿਹੜਾ ਹੋ ਕੇ ਵਿੱਚ ਹੀ ਸਜਣ ਮੁੱਕ ਜੇ ਸਿੱਧੂ ਇਨਾ ਵੀ ਕਦੇ ਰਵਾਈਦਾ ਨੀ ਉਹ ਸਿੱਧੂ ਇਨਾ ਵੀ ਕਦੇ ਰਵਾਈਦਾ ਨੀ ਅਸੀਂ ਸਿੱਧੇ ਸਾਦੇ ਵਿੰਗ ਵੜ ਨਹੀਂ ਆਉਂਦੇ ਬਸ ਸਬਰ ਆ ਸਾਡਾ ਰੌਲਾ ਨਹੀਂ ਪਾਉਂਦੇ ਅਸੀਂ ਸਿੱਧੇ ਸਾਦੇ ਵਿੰਗ ਵੜ ਨਹੀਂ ਆਉਂਦੇ ਬਸ ਸਬਰ ਆ ਸਾਡਾ ਰੌਲਾ ਨਹੀਂ ਪਾਉਂਦੇ ਐ ਕਰਮਾਂ ਦੇ ਰੌਣੇ ਤੈਨੂੰ ਸਮਝ ਨੀ ਆਉਣੇ ਜੋ ਬੀਜਿਆ ਤੂੰ ਪਾਵੇਂਗੀ ਨੀ ਜੋ ਫਕੀਰਾਂ ਨਾਲ ਤੂੰ ਹਾਏ ਕਰਿਆ ਵਧੀਆ ਮੈਥੋਂ ਲਿਖ ਕੇ ਲੈ ਲੈ ਪਛਤਾਏਂਗੀ ਨੀ
ਜੋ ਫਕਰਾਂ ਨਾਲ ਤੂੰ ਆਏ ਕਰਿਆ ਵਧੀਆ ਹਮੇ ਤੋਂ ਲਿਖ ਕੇ ਲੈ ਲੈ ਪਛਤਾਏਗੀ ਜੀ ਕਹਾਣੀ ਗੁਲੀਆਂ ਦੀ ਜਿਨ੍ਹਾਂ ਚੋਂ ਮੈਨੂੰ ਨਾ ਨਿਕਲੀ ਕਰਾਂ ਸਿਫਤ ਮੈਂ ਭੁੱਲੀਆਂ ਦੀ ਉਹ ਤੇਰੇ ਜੰਮ ਦੇ ਸੁਣਿਆ ਮੈਂ ਗਾਕ ਪੜ੍ਹੇ ਨੇ ਸਾਡੇ ਸੱਚੇ ਰੱਬ ਨਾ ਲਿਖਤੇ ਪਾਕ ਪੜ੍ਹੇ ਨੇ ਉਹ ਜਦੋਂ ਰੂਪ ਤੇਰੇ ਦਾ ਆ ਸੂਰਜ ਡੁੱਬਿਆ ਮੈਨੂੰ ਦੱਸ ਦੇ ਕਿੱਥੇ ਜਾਵੇਂਗੀ ਨੀ ਉਹ ਫਕੀਰਾਂ ਨਾਲ ਤੂੰ ਆਏ ਕਰਿਆ ਵਧੀਆ ਮੈਥੋਂ ਲਿਖ ਕੇ ਲੈ ਲੈ ਪਛਤਾਏਗੀ ਨੀ ਉਹ ਜੋ ਫਕੀਰਾਂ ਨਾਲ ਤੂੰ ਆਏ ਕਰਿਆ ਵਧੀਆ ਮੈਥੋਂ ਲਿਖ ਕੇ ਲੈ ਲੈ ਪਛਤਾਏਗੀ ਨੀ ਪੜ੍ਹਾਈ ਪੜ੍ਹਾਈ ਕਰਦਾ ਕਿ ਛੱਡ ਛੁੱਟ ਦਿੱਤੀ ਪੜ੍ਹਾਈ ਕਰਦੇ ਕਿਹੜੀ ਕਲਾਸ ਪਲੱਸ ਟੂ ਜੀ ਕਿੱਥੇ ਗੁਰੂ ਅਰਜਨ ਦੇਵ ਹੈ ਗੁਰੂ ਅਰਜਨ ਦੇਵ ਕਰਤਾਰਪੁਰ ਵੈਰੀ ਗੁੱਡ ਜਗਤਾਰ ਹੋਣਾ ਦੇ ਹਾਂਜੀ ਹਾਂਜੀ ਚੰਦਰਾ ਸਾਰੇ ਜੀ ਸਹੀ ਹੈ ਮਿੱਤਰਾਂ ਦਾ ਬੱਚ ਜਣਾ ਬੈਂਡ ਨੇ ਹੈ ਨਾ ਹਾਂਜੀ ਹਾਂਜੀ ਐਂਡ ਕੱਲਾ ਆਇਆ ਕਿ ਨਾਲ ਕੋਈ ਆਇਆ ਜੀ ਕੱਲਾ ਹੀ ਆਇਆ ਪਰਿਵਾਰ ਆਇਆ ਸਾਰਾ ਲੈ ਪਰਿਵਾਰ ਤੋਂ ਬਾਜਮਾ ਪਿਓਰ ਫੋਕ ਬਾਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਾਦਰ ਸਾਹਿਬ ਆਪਣੇ ਬੇਟੇ ਵਾਸਤੇ ਹੈਲੋ 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 ਮੈਂ ਆਪਣੇ ਬੇਟੇ ਦੇ ਵਾਸਤੇ ਵੀ ਬਹੁਤ ਖੁਸ਼ ਹਾਂ ਇਹ ਗੱਲ ਤੇ ਵੀ ਬੱਚਾ ਮੇਰਾ ਇਸ ਕੰਮ ਵਿੱਚ ਪੈ ਗਿਆ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਸਤਿਗੁਰ ਕਿਰਪਾ ਕਰਨ ਨੂੰ ਤਰੱਕੀਆਂ ਬਖਸ਼ਿਸ਼ ਕਰ ਤੇ ਦਰੋਂ ਕਰੋ ਨਾਮ ਦਾਨ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰ ਪੈ ਗਿਆ ਹੈ ਪਾਇਆ ਗਿਆ ਕਿ ਪੈ ਗਿਆ ਹੈ ਪਾਇਆ ਗਿਆ ਪਹਿਲਾਂ ਤੁਸੀਂ ਕਹੇ ਪੈ ਗਿਆ ਹੈ ਰਿਕਾਰਡਿੰਗ ਚੱਲਦੀ ਹੈ ਹਾਂਜੀ ਹਾਂਜੀ ਤੇ ਕੀ ਬਾਤ ਮੇਰੀ ਭੈਣ ਜੀ ਉਹਨਾਂ ਦੇ ਉਹ ਮਾਈਕ ਹਾਂਜੀ ਭੈਣ ਜੀ ਹਾਂਜੀ ਸਰ ਇਹ ਜਿਹੜੀ ਗਾਇਕੀ ਹੈ ਸਾਨੂੰ ਵਿਰਾਸਤ ਦੇ ਵਿੱਚੋਂ ਮਿਲੀ ਆ ਮੇਰੇ ਫਾਦਰ ਸਾਹਿਬ ਇਹਨਾਂ ਦੇ ਨਾਨਾ ਜੀ ਉਹ ਗਾਇਕ ਸੀਗੇ ਤੇ ਮੈਂ ਖੁਦ ਵੀ ਮਤਲਬ ਗਾ ਲੈਣੀ ਆ ਕੀ ਨਾਮ ਉਹਨਾਂ ਦਾ ਹਾਂਜੀ ਉਹਨਾਂ ਦਾ ਨਾਮ ਕੀ ਸਰਦਾਰ ਸਵਰਨ ਸਿੰਘ ਜੀ ਢਾਡੀ ਸੀਗੀ ਅੱਛਾ ਹਾਂਜੀ ਹਾਂਜੀ ਦਾਊਦ ਫਿਰ ਥੋੜਾ ਜਿਹਾ ਤੁਹਾਡੇ ਤੇ ਵੀ ਅਸਰ ਹੈਗਾ ਕਿ ਨਹੀਂ ਹਾਂਜੀ ਅਸਰ ਹੈਗਾ ਘਰ ਦੇ ਵਿੱਚ ਜਦੋਂ ਤੁਸੀਂ ਮਤਲਬ ਭਾਜੀ ਨਾਲ ਵਿਆਹ ਨਹੀਂ ਹੋਇਆ ਉਦੋਂ ਤੱਕ ਥੋੜਾ ਬਹੁਤ ਅਸਰ ਹੋਣਾ ਨਹੀਂ ਸਰ ਮੈਂ ਮਤਲਬ ਅਨਮੈਰਿਡ ਸੀ ਜਦੋਂ ਤੋਂ ਉਦੋਂ ਅਸਰ ਹੈਗਾ ਹੀ ਹਾਂਜੀ ਸਰ ਮੈਂ ਮਤਲਬ ਅਸੀਂ ਆਪ ਵੀ ਸਟੇਜ ਤੇ ਕੰਮ ਕੀਤਾ ਹੋਇਆ ਵੈਰੀ ਗੁੱਡ ਹਾਂਜੀ ਥੋੜਾ ਜਿਹਾ ਸਾਡੀ ਡਿਮਾਂਡ ਤੇ ਕਹਿ ਕੇ ਹਾਂਜੀ ਹਏ ਤੇਰੀਆਂ ਮੈਂ ਤੇਰੀ ਰਾਂਝਾ ਤੇਰੀਆਂ ਮੈਂ ਤੇਰੀ ਵੇ ਹਏ ਤੇਰੀਆਂ ਮੈਂ ਤੇਰੀ ਰਾਂਝਾ ਤੇਰੀਆਂ ਮੈਂ ਤੇਰੀ ਵੇ ਹਏ ਤੂੰਓ ਮੇਰੀ ਲੇਖ ਰਾਂਝਾ ਹਏ ਤੂੰਓ ਤਕਦੀਰ ਵੇ ਹਏ ਦਿਲ ਚਲ ਕੋ ਕੇ ਰੱਖਾਂ ਮੈਂ ਤੇਰੀ ਤਸਵੀਰ ਵੇ ਹਏ ਦਿਲ ਚਲ ਕੋ ਕੇ ਰੱਖਾਂ ਤੇਰੀ ਤਸਵੀਰ ਵੇ ਇਛਕੇ ਦੀ ਹੁੰਦੀ ਚੰਨਾ ਹਏ ਉਮਰ ਮੇਰੀ ਵੇ ਹਏ ਇਛਕੇ ਦੀ ਹੁੰਦੀ ਚੰਨਾ ਉਮਰ ਮੇਰੀ ਵੇ ਹਏ ਬਣ ਕੇ ਫਕੀਰ ਰਾਂਝਾ ਤੂੰ ਪਾਈ ਖੇੜੇ ਤੇਰੀ ਵੇ ਬਣ ਕੇ ਫਕੀਰ ਰਾਂਝਾ ਪਾਈ ਖੇੜੇ ਤੇਰੀ ਵੇ ਜ਼ੋਰਦਾਰ ਤਾੜੀਆਂ ਮਾਰੋ ਬਈ ਫਿਰ ਵਿਸ਼ਵਾਸ ਕੀ ਇੱਕ ਵਾਰੀ ਭੈਣ ਜੀ ਭਾਜੀਆਂ ਨੂੰ ਮੂੰਹ ਕਮਾਇਓ ਹੁਣ ਕੋ ਤੇਰੀਆਂ ਮੈਂ ਤੇਰੀ ਰਾਂਝਾ ਬਿਲਕੁਲ ਫੋਕ ਆਵਾਜ਼ ਬਹੁਤ ਵਧੀਆ ਆਵਾਜ਼ ਇੱਕ ਵਾਰੀ ਕਹੋ ਭਾਜੀ ਨੂੰ ਮੂੰਹ ਕਰਕੇ ਹਾਂਜੀ ਨਹੀਂ ਮਾਈਕ ਲਾਓ ਇੱਧਰ ਮੂੰਹ ਕਰਕੇ ਕਹੋ ਹਾਂ
तेरी आवा तेरी राजा तेरी आवा तेरी वे हाय तू बन के फकीर राजा पाई खेड़े फेरी वे तू यो मेरा मक्का राजा तू यो मेरा हाजरे यानो लाके आमा दस के राज के दुनिया नो लाके आमा दस के राज के आप दे दीपक मैं तो तेरा बिच होई रे तेरी आम तेरी राजा है तेरी आम तेरी वे तेरी आम तेरी विश्वजीत दे डेरी तेरी आम तेरी वे लेवी बाजी बा जजिस दा काम होंदा है कि एंटरटेनमेंट जजिस दा काम होंदा है जज करना छोटा ब्रदर भी आ चल भी तू भी ऊपर आ जा क्या बात है बहुत वधिया मेनू इदां दी फैमिली बहुत संगीतक फैमिली बाबल जेड़ा प्यो हुंदा है सारे घर दी पालन पोषण करता है हुण एक वारी चारे जने जफ्फी घुट के पाओ घुट के सारे वेरी गुड घुट के तालियां घुट के जफ्फी पाओ ते इक सोहणी जी फोटो खिचाओ सो बाकी जने तालियां बजाओ भई ए छोटा भी गाउंदा है छोटा भी गाउंदा नहीं ठीक है अच्छा तबला सीख रहा जी तबला बजाना सीख रहा ऑल द बेस्ट गुड लक बिशप जी परमात्मा तेनु पूरे विश्व दा सितारा बनावे सब कुछ तेरे मां प्यो दे चरणा च सामने पैरी हाथ ला ऑन कैमरा पैरी हाथ ला जोर दा ताड़ियां जी इस प्यारी जी मूवमेंट ਲਈ ਸਭ ਤੋਂ ਪਹਿਲਾਂ ਤਾਂ ਮਾਂ ਪਿਓ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਖੁਦ ਇਹ ਲਾਈਨ ਚੁਣੀ ਆ ਔਰ ਇਸ ਲਾਈਨ ਦੇ ਵਿੱਚ ਤੈਨੂੰ ਪਾਇਆ ਠੀਕ ਹੈ ਨਾ ਤੋ ਦੇਖੋ ਤੁਹਾਡੇ ਮਾਤਾ ਜੀ ਜਿਹੜੇ ਉਹਨਾਂ ਦਾ ਕੰਫੀਡੈਂਸ ਕਿੰਨਾ ਗਾਉਣ ਦੇ ਵਿੱਚ ਤੁਸੀਂ ਗਾਇਆ ਇੰਨਾ ਵਧੀਆ ਤੇ ਕੰਫੀਡੈਂਸ ਦੀ ਕਿਉਂ ਕਮੀ ਸੀਗੀ ਡਰ ਕੇ ਜਾਂ ਸ਼ਰਮਾ ਕੇ ਏਦਾਂ ਕਿਉਂ ਗਾ ਰਹੇ ਸੀਗੇ ਕੰਫੀਡੈਂਸ ਜਿਹੜਾ ਆਪਣੇ ਮੰਮੀ ਜੀ ਤੋਂ ਸਿੱਖੋ ਤੇ ਗਾਇਆ ਤੁਸੀਂ ਬਹੁਤ ਵਧੀਆ ਦੋਨੋਂ ਗੀਤ ਪਰਫੈਕਟ ਬਹੁਤ ਵਧੀਆ ਗੀਤ ਸੀਗੇ ਕੰਫੀਡੈਂਸ ਦੀ ਕਮੀ ਸੀਗੀ ਹਾਂ ਇੱਕ ਸਾਰਾ ਦੇਖ ਕੇ ਤੂੰ ਗਾ ਰਿਹਾ ਪੈਂਜੀ ਥੋੜਾ ਕੰਫੀਡੈਂਸ ਇਹਦੇ ਵਿੱਚ ਲਿਆਓ ਜਰਾ